ਫਰਜ਼ੀ ਦਸਤਖਤ, ਫਰਜ਼ੀ ਆਧਾਰ ਕਾਰਡ ਤੇ ਹਰ ਦਸਤਾਵੇਜ਼ ਫਰਜ਼ੀ ਦੇ ਨਾਲ ਪੈਨਸ਼ਨ ਲਗਵਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਦਸਤਖਤ ਵੀ ਕੀਤੇ ਗਏ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ। ਦਰਅਸਲ ਪਰਮਜੀਤ ਕੌਰ ਦੇ ਨਾਮ ਤੇ ਅਪਾਹਿਜ ਪੈਨਸ਼ਨ ਲੈਣ ਦੇ ਲਈ ਆਨਲਾਈਨ ਅਪਲਾਈ ਕੀਤਾ ਗਿਆ ਸੀ ਤੇ ਪਤਾ ਦੱਸਿਆ ਗਿਆ ਪਿੰਡ ਮੂਸਾ ਜ਼ਿਲ੍ਹਾ ਮਾਨਸਾ ਦਾ ਤੇ ਬਕਾਇਦਾ ਮੂਸਾ ਪਿੰਡ ਦੀ ਸਰਪੰਚ ਚਰਨ ਕੌਰ ਦੇ ਦਸਤਖਤ ਅਤੇ ਮੋਹਰ ਵੀ ਲਗਾ ਦਿੱਤੀ ਗਈ ਤੇ ਜਦੋਂ ਜਾਂਚ ਹੋਈ ਤਾਂ ਪਤਾ ਲੱਗਿਆ ਕਿ ਪਰਮਜੀਤ ਕੌਰ ਦੀ ਨਾਮ ਦੀ ਮਹਿਲਾ ਤਾਂ ਪਿੰਡ ਦੇ ਵਿੱਚ ਕੋਈ ਰਹਿੰਦੀ ਹੀ ਨਹੀਂ ਤੇ ਜਿਹੜਾ ਆਧਾਰ ਕਾਰਡ ਇਸਤੇਮਾਲ ਕੀਤਾ ਗਿਆ ਉਹ ਵੀ ਫਾਜ਼ਿਲਕਾ ਦੇ ਪਿੰਡ ਲੱਦੂਕਾ ਦਾ ਨਿਕਲਿਆ। ਉਦੋਂ ਪਤਾ ਕਿਸੇ ਨਾ ਅਨਨੋਨ ਔਰਤ ਵੱਲੋਂ ਵੀਰਪਾਲ ਕੌਰ ਪਰਮਜੀਤ ਕੌਰ ਪਤਨੀ ਵੀਰਪਾਲ ਸਿੰਘ ਵਾਸੀ ਮੂਸਾ ਦੇ ਨਾਂ 'ਤੇ ਹੈਂਡੀਕੈਪ ਦੀ ਪੈਨਸ਼ਨ ਲਾਉਣ ਵਾਸਤੇ ਔਨਲਾਈਨ ਅਪਲਾਈ ਕੀਤਾ ਜੀ CDPO ਦਫ਼ਤਰ ਮਾਨਸਾ ਨੂੰ। ਪਰੰਤੂ ਜਦੋਂ ਉੱਥੋਂ ਪਤਾ ਲੱਗਿਆ ਵੀ ਇਸ ਨਾਮ ਦੀ ਤਾਂ ਮੂਸੇ ਵਾਲੇ ਪਿੰਡ 'ਚ ਕੋਈ ਔਰਤ ਹੀ ਹੈ ਨਹੀਂ ਗੀ, ਉਹਨੇ ਸਾਰੇ ਜਾਅਲੀ ਡਾਕੂਮੈਂਟ ਤਿਆਰ ਕੀਤੇ ਸੀ ਜਿਵੇਂ ਆਧਾਰ ਕਾਰਡ ਵਗੈਰਾ, ਆਪਦਾ ਸ਼ਨਾਖਤੀ ਕਾਰਡ, ਵੋਟਰ ਕਾਰਡ, ਸਾਰੇ ਜਾਅਲੀ ਸੀ ਕਾਗਜ਼ਾਂ ਤੋਂ। ਫਿਰ ਇਸ ਸੰਬੰਧੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਸਰਪੰਚ ਦੀ ਮੋਹਰ ਤੱਕ ਵੀ ਉਹਨਾਂ ਨੇ ਆਪੇ ਜਾਅਲੀ ਲਾ ਕੇ ਸਾਰੇ ਡਾਕੂਮੈਂਟ ਹੀ ਜਾਅਲੀ ਤਿਆਰ ਕੀਤੇ ਸੀ। ਮਾਮਲੇ ਦਾ ਖੁਲਾਸਾ ਹੋਣ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸ਼ਿਕਾਇਤ ਲੈ ਕੇ SSP ਦਫ਼ਤਰ ਪਹੁੰਚ ਗਏ। ਪੁਲਿਸ ਹੁਣ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ। ਮੂਸੇਵਾਲੇ ਪਿੰਡ ਦੇ ਸਰਪੰਚ ਚਰਨ ਕੌਰ ਦੇ ਘਰ ਵਾਲੇ ਬਲਕੌਰ ਸਿੰਘ ਵੱਲੋਂ ਇੱਕ ਦਰਖਾਸਤ ਦਿੱਤੀ ਸੀ ਮਾਣਯੋਗ SSP ਸਾਹਿਬ ਨੂੰ। ਅਸੀਂ ਤਫਤੀਸ਼ ਕਰਕੇ ਅੱਗੇ ਇਹਦੀ ਡੂੰਘਾਈ ਨਾਲ ਤਫਤੀਸ਼ ਕਰਕੇ ਔਰਤ ਨੂੰ ਟ੍ਰੇਸ ਕਰਾਂਗੇ ਵੀ ਕਿਹੜੀ ਔਰਤ ਸੀ ਜਿਹਨੇ ਇਹ ਸਾਰੇ ਅਪਲਾਈ ਕੀਤਾ ਸੀ ਔਨਲਾਈਨ ਜਾਅਲੀ ਪੈਨਸ਼ਨ ਲਵਾਉਣ ਵਾਸਤੇ ਆਪਦੀ ਅੰਗਹੀਣ ਹੋਣ ਦੇ ਬਾਵਜੂਦ। ਜਾਂਚ ਤੋਂ ਬਾਅਦ ਸੱਚ ਸਾਹਮਣੇ ਆਵੇਗਾ, ਪਰ ਮੂਸੇਵਾਲਾ ਦੇ ਨਾਲ ਜੁੜੇ ਹੋਣ ਕਰਕੇ ਸੁਰਖੀਆਂ 'ਚ ਆਇਆ ਇਹ ਕੇਸ ਪੈਨਸ਼ਨ ਨੂੰ ਲੈ ਕੇ ਚੱਲ ਰਹੇ ਕਿਸੇ ਵੱਡੇ ਨੈਕਸਸ ਵੱਲ ਵੀ ਇਸ਼ਾਰਾ ਕਰ ਰਿਹਾ ਹੈ। ਦੇਖਣਾ ਹੋਵੇਗਾ ਕਿ ਪੁਲਿਸ ਦੀ ਜਾਂਚ ਕਿੱਥੇ ਤੱਕ ਪਹੁੰਚਦੀ ਹੈ। ਮਾਨਸਾ ਤੋਂ ਬਲਦੀਪ ਸ਼ਰਮਾ, ਨਿਊਜ਼ 18 ਪੰਜਾਬ। ਫਰਜ਼ੀ ਦਸਤਖਤ, ਫਰਜ਼ੀ ਆਧਾਰ ਕਾਰਡ ਤੇ ਹਰ ਦਸਤਾਵੇਜ਼ ਫਰਜ਼ੀ ਦੇ ਨਾਲ ਪੈਨਸ਼ਨ ਲਗਵਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਦਸਤਖਤ ਵੀ ਕੀਤੇ ਗਏ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ। ਦਰਅਸਲ ਪਰਮਜੀਤ ਕੌਰ ਦੇ ਨਾਮ ਤੇ ਅਪਾਹਿਜ ਪੈਨਸ਼ਨ ਲੈਣ ਦੇ ਲਈ ਆਨਲਾਈਨ ਅਪਲਾਈ ਕੀਤਾ ਗਿਆ ਸੀ ਤੇ ਪਤਾ ਦੱਸਿਆ ਗਿਆ ਪਿੰਡ ਮੂਸਾ ਜ਼ਿਲ੍ਹਾ ਮਾਨਸਾ ਦਾ ਤੇ ਬਕਾਇਦਾ ਮੂਸਾ ਪਿੰਡ ਦੀ ਸਰਪੰਚ ਚਰਨ ਕੌਰ ਦੇ ਦਸਤਖਤ ਅਤੇ ਮੋਹਰ ਵੀ ਲਗਾ ਦਿੱਤੀ ਗਈ ਤੇ ਜਦੋਂ ਜਾਂਚ ਹੋਈ ਤਾਂ ਪਤਾ ਲੱਗਿਆ ਕਿ ਪਰਮਜੀਤ ਕੌਰ ਦੀ ਨਾਮ ਦੀ ਮਹਿਲਾ ਤਾਂ ਪਿੰਡ ਦੇ ਵਿੱਚ ਕੋਈ ਰਹਿੰਦੀ ਹੀ ਨਹੀਂ ਤੇ ਜਿਹੜਾ ਆਧਾਰ ਕਾਰਡ ਇਸਤੇਮਾਲ ਕੀਤਾ ਗਿਆ ਉਹ ਵੀ ਫਾਜ਼ਿਲਕਾ ਦੇ ਪਿੰਡ ਲੱਦੂਕਾ ਦਾ ਨਿਕਲਿਆ। ਉਦੋਂ ਪਤਾ ਕਿਸੇ ਨਾ ਅਨਨੋਨ ਔਰਤ ਵੱਲੋਂ ਵੀਰਪਾਲ ਕੌਰ ਪਰਮਜੀਤ ਕੌਰ ਪਤਨੀ ਵੀਰਪਾਲ ਸਿੰਘ ਵਾਸੀ ਮੂਸਾ ਦੇ ਨਾਂ 'ਤੇ ਹੈਂਡੀਕੈਪ ਦੀ ਪੈਨਸ਼ਨ ਲਾਉਣ ਵਾਸਤੇ ਔਨਲਾਈਨ ਅਪਲਾਈ ਕੀਤਾ ਜੀ CDPO ਦਫ਼ਤਰ ਮਾਨਸਾ ਨੂੰ। ਪਰੰਤੂ ਜਦੋਂ ਉੱਥੋਂ ਪਤਾ ਲੱਗਿਆ ਵੀ ਇਸ ਨਾਮ ਦੀ ਤਾਂ ਮੂਸੇ ਵਾਲੇ ਪਿੰਡ 'ਚ ਕੋਈ ਔਰਤ ਹੀ ਹੈ ਨਹੀਂ ਗੀ, ਉਹਨੇ ਸਾਰੇ ਜਾਅਲੀ ਡਾਕੂਮੈਂਟ ਤਿਆਰ ਕੀਤੇ ਸੀ ਜਿਵੇਂ ਆਧਾਰ ਕਾਰਡ ਵਗੈਰਾ, ਆਪਦਾ ਸ਼ਨਾਖਤੀ ਕਾਰਡ, ਵੋਟਰ ਕਾਰਡ, ਸਾਰੇ ਜਾਅਲੀ ਸੀ ਕਾਗਜ਼ਾਂ ਤੋਂ। ਫਿਰ ਇਸ ਸੰਬੰਧੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਸਰਪੰਚ ਦੀ ਮੋਹਰ ਤੱਕ ਵੀ ਉਹਨਾਂ ਨੇ ਆਪੇ ਜਾਅਲੀ ਲਾ ਕੇ ਸਾਰੇ ਡਾਕੂਮੈਂਟ ਹੀ ਜਾਅਲੀ ਤਿਆਰ ਕੀਤੇ ਸੀ। ਮਾਮਲੇ ਦਾ ਖੁਲਾਸਾ ਹੋਣ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸ਼ਿਕਾਇਤ ਲੈ ਕੇ SSP ਦਫ਼ਤਰ ਪਹੁੰਚ ਗਏ। ਪੁਲਿਸ ਹੁਣ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ। ਮੂਸੇਵਾਲੇ ਪਿੰਡ ਦੇ ਸਰਪੰਚ ਚਰਨ ਕੌਰ ਦੇ ਘਰ ਵਾਲੇ ਬਲਕੌਰ ਸਿੰਘ ਵੱਲੋਂ ਇੱਕ ਦਰਖਾਸਤ ਦਿੱਤੀ ਸੀ ਮਾਣਯੋਗ SSP ਸਾਹਿਬ ਨੂੰ। ਅਸੀਂ ਤਫਤੀਸ਼ ਕਰਕੇ
ਅੱਗੇ ਇਹਦੀ ਡੂੰਘਾਈ ਤੱਕ ਡੂੰਘਾਈ ਨਾਲ ਤਫਤੀਸ਼ ਕਰਕੇ ਔਰਤ ਨੂੰ ਟਰੇਸ ਕਰਾਂਗੇ ਵੀ ਕਿਸ ਕਿਹੜੀ ਔਰਤ ਸੀ ਜਿਹਨੇ ਇਹ ਸਾਰੇ ਅਪਲਾਈ ਕੀਤਾ ਸੀ ਔਨਲਾਈਨ ਜਾਅਲੀ ਪੈਨਸ਼ਨ ਲਵਾਉਣ ਵਾਸਤੇ ਆਪਦੀ ਅੰਗਹੀਣ ਹੋਣ ਦੇ ਬਾਅਦ। ਜਾਂਚ ਤੋਂ ਬਾਅਦ ਸੱਚ ਸਾਹਮਣੇ ਆਵੇਗਾ, ਪਰ ਮੂਸੇਵਾਲਾ ਦੇ ਨਾਲ ਜੁੜੇ ਹੋਣ ਕਰਕੇ ਸੁਰਖੀਆਂ 'ਚ ਆਇਆ ਹੈ ਕੇਸ। ਪੈਨਸ਼ਨ ਨੂੰ ਲੈ ਕੇ ਚੱਲ ਰਹੇ ਕਿਸੇ ਵੱਡੇ ਨੈਕਸਸ ਵੱਲ ਵੀ ਇਸ਼ਾਰਾ ਕਰ ਰਿਹਾ ਹੈ। ਦੇਖਣਾ ਹੋਵੇਗਾ ਕਿ ਪੁਲਿਸ ਦੀ ਜਾਂਚ ਕਿੱਥੇ ਤੱਕ ਪਹੁੰਚਦੀ ਹੈ। ਮਾਨਸਾ ਤੋਂ ਬਲਦੀਪ ਸ਼ਰਮਾ, ਨਿਊਜ਼ 18 ਪੰਜਾਬ।